ਮੈਂ ਮਿਨਿਮਮ ਐਲੀਜੀਬਿਲਟੀ ਦੀ ਜੇ ਆਪਾਂ ਗੱਲ ਕਰੀਏ ਇਸਦੇ ਲਈ ਕੀ ਐਲੀਜੀਬਿਲਟੀ ਹੈਗੀ ਹੈ ਜਿਹੜਾ ਵਰਕ ਹੌਲੀਡੇ ਵੀਜ਼ਾ ਹੈ ਕੀ ਹਰ ਕੋਈ ਲੈ ਸਕਦਾ ਹੈ ਜਾਂ ਫਿਰ ਜਿਵੇਂ ਤੁਸੀਂ ਲਾਟਰੀ ਸਿਸਟਮ ਦੀ ਗੱਲ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਹੈਗਾ ਇਹਦੇ ਵਿੱਚ ਬਹੁਤ ਲੰਮੀ ਚੋੜੀ ਜਿਹੜੀ ਪ੍ਰੋਫਾਈਲ ਨਹੀਂ ਸਾਨੂੰ ਚਾਹੀਦੀ ਤੁਸੀਂ ਪਲੱਸ 2 ਕੀਤੀ ਹੈ ਤੁਸੀਂ ਐਲੀਜੀਬਲ ਹੋ ਤੁਸੀਂ ਵਰਕਿੰਗ ਹੌਲੀਡੇ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ ਵਰਕਿੰਗ ਹੌਲੀਡੇ ਵੀਜ਼ਾ ਦਾ ਮਤਲਬ ਇਹ ਹੁੰਦਾ ਕਿ ਅਸੀਂ ਉੱਥੇ ਸ਼ਾਰਟ ਟਰਮ ਜਿਹੜੇ ਕੋਰਸਸ ਆ ਉਹ ਕਰਨ ਜਾ ਸਕਦੇ ਹਾਂ ਤੇ ਇਸ ਕਰਕੇ ਉੱਥੋਂ ਦੀ ਗਵਰਨਮੈਂਟ ਕੈਨੇਡਾ ਚ ਵੀ ਪਿੱਛੇ ਓਪਨ ਹੋ ਸੀਨ ਆਸਟ੍ਰੇਲੀਆ ਦੇ ਵਿੱਚ ਓਪਨ ਹੋਇਆ ਔਰ ਇੰਡੀਅਨ ਦੇ ਲਈ ਬੜਾ ਫਸੀ ਜਾ ਰਹਿੰਦਾ ਕਿ ਓਪਨ ਹੋਊਗਾ ਕਿ ਨਹੀਂ ਹੋਊਗਾ ਅਸੀਂ ਵੀ ਕਨਫਿਊਜ਼ ਹੁੰਨੇ ਆ ਤੇ ਇੰਡੀਆ ਦੇ ਲਈ ਉਹਨਾਂ ਨੇ ਜਿਹੜੀਆਂ ਉਹ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਨਵੰਬਰ ਦੇ ਵਿੱਚ ਉਹ ਇਹ ਜਿਹੜਾ ਸਾਡਾ ਵਰਕਿੰਗ ਹੌਲੀਡੇ ਵੀਜ਼ਾ ਜਿਹੜਾ ਓਪਨ ਕਰਨ ਜਾ ਰਹੇ ਨੇ ਬਟ ਮੈਂ ਵਾਰ-ਵਾਰ ਇੱਕੋ ਹੀ ਗੱਲ ਕਰ ਰਹੀ ਹਾਂ ਕਿ ਇਹੀ ਜਿਹੜਾ ਹਫਤਾ ਹੈ ਤੁਹਾਡੀਆਂ ਅਸੀਂ ਵਰਕਿੰਗ ਹੌਲੀਡੇ ਵੀਜ਼ਾ ਲਈ ਐਪਲੀਕੇਸ਼ਨਸ ਲਵਾਂਗੇ ਇਸ ਤੋਂ ਬਾਅਦ ਅਸੀਂ ਐਪਲੀਕੇਸ਼ਨਸ ਨਹੀਂ ਲਵਾਂਗੇ ਜਿੰਨੀਆਂ ਐਪਲੀਕੇਸ਼ਨਸ ਅਸੀਂ ਰੈਡੀ ਕਰ ਲਾਂਗੇ 48 ਘੰਟੇ ਲਈ ਵੈਬਸਾਈਟ ਜਿਹੜੀ ਉਹ ਓਪਨ ਹੋਊਗੀ 48 ਘੰਟੇ ਦੇ ਅੰਦਰ ਅੰਦਰ ਅਸੀਂ ਉਸ ਪ੍ਰੋਫਾਈਲ ਦੇਣੀ ਹੈ ਤੁਹਾਡੀਆਂ ਅਪਲੋਡ ਕਰਨੀਆਂ ਉਹਦੇ ਲਈ ਸਾਨੂੰ ਪਹਿਲਾਂ ਸਾਰੀਆਂ ਚੀਜ਼ਾਂ ਪ੍ਰਪੇਅਰ ਕਰਕੇ ਰੱਖਣੀਆਂ ਪੈਣਗੀਆਂ ਇਸ ਕਰਕੇ ਜੇ ਤੁਸੀਂ ਨਵੰਬਰ ਦੇ ਵਿੱਚ ਆਨ ਕੇ ਮੈਨੂੰ ਕਹੋਗੇ ਕਿ ਮੈਮ ਸਾਡਾ ਵਰਕਿੰਗ ਹੌਲੀਡੇ ਵੀਜ਼ਾ ਜਿਹੜਾ ਉਹ ਅਪਲਾਈ ਕਰ ਦੋ ਤਾਂ ਪੋਸੀਬਲ ਨਹੀਂ ਹੈ ਜਿਵੇਂ ਲੱਕੀ ਡਰਾਅ ਦੀ ਗੱਲ ਕੀਤੀ ਹੈ ਤੇ ਉਹਦੇ ਚੋਂ ਡਰਾਅ ਨਿਕਲਣਾ ਉਹ ਡਰਾਅ ਕਿਸੇ ਵੀ ਬੱਚੇ ਦਾ ਨਿਕਲ ਸਕਦਾ ਹੈ ਇਹ ਨਹੀਂਗਾ ਕਿ ਮੈਂ ਕੋਈ ਸਪੈਸਿਫਿਕ ਪ੍ਰੋਫਾਈਲ ਦੀ ਗੱਲ ਕਰਾਂ ਕਿ ਐਵੇਂ ਦੇ ਪ੍ਰੋਫਾਈਲਸ ਦੇ ਡਰਾਅ ਨਿਕਲਣਗੇ ਉਹਨਾਂ ਨੇ ਵਰਕਿੰਗ ਹੌਲੀਡੇ ਵੀਜ਼ਾ ਸਾਰਿਆਂ ਦੇ ਲਈ ਓਪਨ ਕੀਤਾ ਹੈ ਕੋਈ ਵੀ ਉਹਦੇ ਵਿੱਚ ਅਪਲਾਈ ਕਰ ਸਕਦਾ ਹੈ ਬਸ ਤੁਹਾਡੀ ਐਲੀਜੀਬਿਲਟੀ ਜਿਹੜੀ ਉਹ ਪਲੱਸ 2 ਹੋਣੀ ਜ਼ਰੂਰੀ ਆ ਕੋਈ ਇਹਦੇ ਵਿੱਚ ਤੁਹਾਡਾ ਗੈਪ ਕੋਈ ਤੁਹਾਡਾ ਇਹਦੇ ਵਿੱਚ ਹਾਈਲਟ ਸਕੋਰ ਜਾਂ ਪੀਟੀ ਸਕੋਰ ਜਾਂ ਕੋਈ ਬੈਂਕਿੰਗ ਦੀ ਉਹਨਾਂ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਰਿਕੁਆਇਰਮੈਂਟ ਜਿਹੜੀ ਉਹ ਨਹੀਂ ਰੱਖੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਸਰ ਇਹ ਬੁਝਤੀਗਾ ਕਿ ਉਸ ਟੇਲ ਮੇਰੀ ਪ੍ਰੋਫਾਈਲ ਪਲਸ 2 ਪਾਸ ਹੋ거든 2019 ਤੋਂ ਬਾਅਦ ਗੈਪ ਹੈ ਹੂੰ 2019 ਤੋਂ ਬਾਅਦ ਕੀ ਕਰਦੇ ਰਹੇ ਹੋ ਤੁਸੀਂ ਕੁਝ ਨਹੀਂ ਵੇਰ ਲਈ ਬਸ ਘੁੰਮਦੇ ਰਹੇ ਆ ਠੀਕ ਹੈ ਕਿੱਥੇ ਕਿੱਥੇ ਘੁੰਮ ਕੇ ਆਏ ਹੋ ਬਸ ਲੋਕਲੀ ਘੁੰਮਿਆ ਅੱਛਾ ਅੱਛਾ ਇੱਥੇ ਠੀਕ ਹੈ ਮਤਲਬ ਤੇ ਹੁਣ ਤੁਸੀਂ ਕਿੱਥੇ ਕਿਹੜੀ ਕੰਟਰੀ ਲਈ ਪੁੱਛਣਾ ਚਾਹੁੰਦੇ ਹੋ ਸਟ੍ਰੇਲੀਆ ਲਈ ਮੈਂ ਪੁੱਛਣਾ ਚਾਹੁੰਦਾ ਕਿ ਹਾਂ ਵੀ ਕੋਈ ਕੀ ਮੇਰਾ ਹੋ ਸਕਦਾ ਸਟ੍ਰੇਲੀਆ ਦਾ ਜਾਂ ਕੋਈ ਆਸਟ੍ਰੇਲੀਆ ਲਿਜਾ ਲੱਗ ਜਾਏ ਜਾਂ ਆਈਲੈਂਡ ਸਪੀਟੀ ਕੀਤੀ ਹੋਈ ਤੁਸੀਂ ਕੁਝ ਹਾਂਜੀ ਪੀਟੀ ਕੀਤੀ ਹੋਈ ਹੈ ਜੀ 50 ਹੀ ਚੰਦਰੇ ਨੰਬਰ ਨਾ 50 ਚ ਹੂੰ ਹਾਂਜੀ ਬង ਇਹਨਾਂ ਦੇ ਲਈ ਕੀ ਆਪਸ਼ਨ ਹੈ ਇਹਨਾਂ ਦੇ ਇਵੇਂ ਦੇ ਸਟੂਡੈਂਟਸ ਦੇ ਲਈ ਸਾਡੇ ਕੋਲ 408 ਟੈਂਪਰੇਰੀ ਐਕਟੀਵਿਟੀ ਵੀਜ਼ਾ ਹੈ ਤੇ ਜਿਹੜਾ ਇਹ ਟੈਂਪਰੇਰੀ ਐਕਟੀਵਿਟੀ ਵੀਜ਼ਾ ਹੈ ਅਸੀਂ ਲੈ ਕੇ ਦਵਾਂਗੇ ਇਹ 408 ਜਿਹੜਾ ਅਸੀਂ ਵੀਜ਼ਾ ਅਪਲਾਈ ਕਰਾਂਗੇ ਉਹ ਸਭ ਤੋਂ ਪਹਿਲਾਂ ਇੱਥੇ ਤੁਸੀਂ ਐਕਟੀਵਿਟੀ ਲਈ ਜਾਣਾ ਉਸ ਐਕਟੀਵਿਟੀ ਦੇ ਲਈ ਤੁਸੀਂ ਜਿਹੜੀ ਦੇ ਲਈ ਜਾਓਗੇ ਉਸ ਐਕਟੀਵਿਟੀ ਨੂੰ ਤੁਸੀਂ ਜੁਆਇਨ ਕਰਨ ਤੋਂ ਬਾਅਦ ਤੁਹਾਡਾ ਦਿਲ ਹੈ ਕਿ ਤੁਸੀਂ ਉੱਥੇ ਵਰਕ ਪਰਮਿਟ ਚ ਕਨਵਰਟ ਕਰਨਾ ਹੈ ਜਾਂ ਤੁਸੀਂ ਉੱਥੇ ਸਟੱਡੀ ਪਰਮਿਟ ਚ ਆਪਣੇ ਵੀਜ਼ੇ ਨੂੰ ਕਨਵਰਟ ਕਰਨਾ ਹੈ ਤੇ ਤੁਸੀਂ ਐਲੀਜੀਬਲ ਹੋ ਤੁਸੀਂ ਕਨਵਰਟ ਕਰਕੇ ਜਾ ਸਕਦੇ ਹਾਂ ਤੇ ਜਿਹੜਾ 408 ਟੈਂਪਰੇਰੀ ਐਕਟੀਵਿਟੀ ਵੀਜ਼ਾ ਹੈ ਇਹ ਜਿਹੜਾ ਸਾਡੇ ਵੱਲੋਂ ਪ੍ਰੋਪਰ ਤਰੀਕੇ ਨਾਲ ਜਿਹੜੇ ਸਾਡੇ ਜਿੰਨੇ ਵੀ ਸੋਸ਼ਲ ਉੱਥੇ ਐਕਟੀਵਿਟੀਆਂ ਹੁੰਦੀਆਂ ਨੇ ਉਹਨਾਂ ਨਾਲ ਸਾਡੇ ਟਾਈਜ਼ ਹੋਏ ਨੇ ਉਹ ਹੁਣ ਇਸ ਟਾਈਮ ਸਾਨੂੰ ਇਨਵੀਟੇਸ਼ਨ ਲੈਟਰ ਦੇ ਰਹੇ ਨੇ ਹੁਣ ਦੇਖੋ ਕਿ ਇਹ ਨੀਅਰ ਤੱਕ ਐਕਟੀਵਿਟੀਆਂ ਜਿਹੜੀਆਂ ਸਾਡੀਆਂ ਚੱਲਣੀਆਂ ਨੇ ਨੀਅਰ ਤੱਕ ਅਸੀਂ ਦੇਖਦੇ ਹਾਂ ਉਸ ਤੋਂ ਬਾਅਦ ਜੇ ਪੋਸੀਬਲ ਹੋਏ ਅੱਗੇ ਕੋਈ ਐਕਟੀਵਿਟੀਆਂ ਹੋਈ ਤਾਂ ਅਸੀਂ ਲਵਾਂਗੇ ਬਟ ਇਹ ਐਕਟੀਵਿਟੀਆਂ ਦੀਆਂ ਇਨਵੀਟੇਸ਼ਨ ਜਿਹੜੀਆਂ ਲੈਟਰ ਆ ਸਾਨੂੰ ਜਿਹੜਾ 1 ਅਕਤੂਬਰ ਮਹੀਨਾ ਤੱਕ ਆਣ ਗਈਆਂ ਉਸ ਤੋਂ ਬਾਅਦ ਜੇ ਅੱਗੇ ਵੀ ਆਂਦੀਆਂ ਰਹੀਆਂ ਕੋਈ ਹੋਰ ਉਥੇ ਟੂਰਨਾਮੈਂਟ ਹੋਵੇ ਜਾਂ ਕੋਈ ਵੀ ਜਿਹੜੀ ਐਕਟੀਵਿਟੀ ਹੋਈ ਤਾਂ ਅਸੀਂ ਅੱਗੇ ਵੀ ਇਹਨੂੰ ਕੰਟੀਨਿਊ ਰੱਖਾਂਗੇ ਬਟ 408 ਜਿਹੜਾ ਹੈ ਇਸ ਵੇਲੇ ਉਹਨਾਂ ਸਟੂਡੈਂਟਸ ਦੇ ਲਈ ਬਹੁਤ ਹੀ ਵਧੀਆ অপਸ਼ਨ ਹੈ ਜਿਹੜੇ ਬੱਚੇ ਸਾਡੇ ਸਟੱਡੀ ਚ ਗੈਪ ਪੈ ਗਿਆ ਪੀਟੀ ਸਕੋਰ ਘਟ ਹੈ ਜਾਂ ਆਸਟ੍ਰੇਲੀਆ ਦੇ ਵਿੱਚ ਜਾਣਾ ਚਾਹੁੰਦੇ ਸੀਗੇ ਵਰਕ ਪਰਮਿਟ ਤੇ ਉੱਥੇ ਜਾਣਾ ਚਾਹੁੰਦੇ ਸੀਗੇ ਉਹ 408 ਦੇ ਵਿੱਚ ਅਪਲਾਈ ਕਰਕੇ ਅੱਗੇ ਆਪਣਾ ਵਰਕ ਪਰਮਿਟ ਲੈ ਸਕਦੇ ਨੇ ਜਾ ਸਕਦੇ ਨੇ ਇਹ ਬੈਸਟ অপਸ਼ਨ ਆ ਸਾਡੇ ਸਟੂਡੈਂਟਸ ਦੇ ਲਈ ਜਿਨ੍ਹਾਂ ਦਾ 7 ਸਾਲ ਦਾ ਗੈਪ ਆ 8 ਸਾਲ ਦਾ ਗੈਪ ਆ ਇਨਵੀਟੇਸ਼ਨ ਅਸੀਂ ਮੰਗਾ ਕੇ ਦੇਵਾਂਗੇ ਉਹਦੇ ਵਿੱਚ ਐਕਟੀਵਿਟੀਆਂ ਦੇ ਵਿੱਚ ਬੱਚਾ ਜਾ ਕੇ ਸਿਰਫ ਆਪਣੀ اٹੈਂਡੈਂਸ ਦਿਖਾਊਗਾ ਕਿ ਮੈਂ ਐਕਟੀਵਿਟੀਆਂ ਦੇ ਵਿੱਚ ਆਇਆ ਕਿਉਂਕਿ ਕਈ ਵਾਰ ਉਹ ਉਸ ਤੋਂ ਬਾਅਦ ਉਹਨਾਂ ਤੋਂ ਜਿਹੜਾ ਹੈ ਕਿ ਜਿੰਨੀਆਂ ਵੀ ਉਹਨਾਂ ਨੇ ਇਨਵੀਟੇਸ਼ਨ ਬਾਰਦੀਆਂ ਦਿੱਤੀਆਂ ਹੁੰਦੀਆਂ ਕਿ ਉੱਥੇ ਜੁਆਇਨ ਲਈ ਬੱਚੇ ਗਏ ਕਿ ਨਹੀਂ ਗਏ ਉਹ ਜ਼ਰੂਰ ਦਿਖਾਣੀਆਂ ਪੈਂਦੀਆਂ ਕਿ ਜੇ ਮੇ ਕੋਈ ਸਟੇਡੀਅਮ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਜਾਂ ਗੁਰਦੁਆਰੇ ਦੇ ਵਿੱਚ ਕੋਈ ਐਕਟੀਵਿਟੀ ਹੋ ਰਹੀ ਹੈ ਕੋਈ ਵੀ ਸੋਸ਼ਲ ਐਕਟੀਵਿਟੀ ਹੋ ਸਕਦੀ ਹੈ ਤੇ ਉਸ ਦੇ ਵਿਹਾਰ ਤੇ ਅਸੀਂ 408 ਜਿਹੜਾ ਵੀਜ਼ਾ ਬੱਚੇ ਦਾ ਉਹ ਲਵਾ ਕੇ ਇੱਥੋਂ ਦਵਾਂਗੇ ਉੱਥੇ ਜੇ ਬੱਚਾ ਸਾਨੂੰ ਫਰਦਰ ਸਰਵਿਸਿਸ ਚਾਹੁੰਦਾ ਹੈ ਕਿ ਮੇਰਾ ਉੱਥੇ ਸਟੱਡੀ ਪਰਮਿਟ ਕਨਵਰਟ ਕਰਾ ਦਿਓ ਜਾਂ ਵਰਕ ਪਰਮਿਟ ਕਨਵਰਟ ਕਰਾ ਦਿਓ ਦੋਨਾਂ ਚੀਜ਼ਾਂ ਲਈ ਬੱਚਾ ਲੀ ਉੱਥੇ ਵੀ ਅਸੀਂ ਤੁਹਾਡੀ ਜਿਹੜੀ ਆ ਹੈਲਪ ਕਰਾਂਗੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੀ ਸਾਡਾ ਆਫਿਸ ਜਿਹੜਾ ਉਹ ਸੈਟਲਡ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹੈਲੋ ਸਾਡੇ ਨਾਲ ਇੱਕ ਕਾਲਰ ਸੀਗੇ ਲੱਗਦਾ ਉਹਨਾਂ ਦੀ ਕਾਲ ਆ ਜਿਹੜੀ ਕੱਟ ਚੁੱਕੀ ਆ ਤੁਸੀਂ ਜਿੰਨੇ ਵੀ ਸਾਡੇ ਨਾਲ ਜਿਵੇਂ ਵੇਟਿੰਗ ਦੇ ਵਿੱਚ ਜਾਂ ਮਿਸ ਕਾਲ ਜਿੰਨੀਆਂ ਵੀ ਨੇ ਉਹਨਾਂ ਨੂੰ ਬੈਕ ਕਾਲ ਹੈ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਦਾ ਬਲਵਾਊਗੀ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਗੁਰਪ੍ਰੀਤ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਮੁਹਾਲੀ ਦੇ ਵਿੱਚ ਇੱਕ ਫੇਸ ਪਹੁੰਚ ਕੇ ਤੁਸੀਂ ਇਹਨਾਂ ਨੂੰ ਮਿਲਿਆ ਜਾ ਸਕਦਾ ਨਹੀਂ ਤਾਂ ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਅ ਅਹਮਦਾਬਾਦ ਔਰ ਹਾਈਦਰਾਬਾਦ ਦੇ ਵਿੱਚ ਹੁਣ ਆਫਿਸ ਆ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਜਿਆਦਾ ਉੱਥੇ ਵੀ ਵਿਜ਼ਿਟ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਬਹੁਤ ਸਾਰੀਆਂ ਆਪਸ਼ਨਸ ਨੇ ਗੈਪ ਵਾਲੇ ਸਟੂਡੈਂਟਸ ਲਈ ਜਾਂ ਫਿਰ ਜਿਨ੍ਹਾਂ ਦਾ ਜਿਵੇਂ ਆਪਾਂ ਕਹਿੰਦੇ ਆ ਫੰਡਿੰਗ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਬੜੀਆਂ ਪ੍ਰੋਬਲਮਸ ਨੇ ਤਾਂ ਤੁਸੀਂ ਜਿਹੜੀਆਂ ਨਵੇਂ ਨਵੀਆਂ ਕੈਟਾਗਰੀਜ਼ ਮੈਮ ਨੇ ਹੁਣੇ ਗੱਲ ਕੀਤੀਆਂ ਇਹਨਾਂ ਕੈਟਾਗਰੀਜ਼ ਰਾਹੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਮੈਮ ਜੀ ਸਕਸੈਸ ਰੇਟ ਦੀ ਗੱਲ ਕਰੀਏ ਇਹਨਾਂ ਦੇ ਵਿੱਚ ਕਿੰਨਾ ਕੁ ਸਕਸੈਸ ਰੇਟ ਹੈਗਾ ਕੀ ਲੱਗਦਾ ਜੇ ਨਵੰਬਰ ਦੇ ਵਿੱਚ ਸ਼ੁਰੂ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਵੇਟ ਕਰ ਰਹੇ ਹੋਣੇ ਆ ਬਹੁਤ ਸਾਰੇ ਕੰਸਲਟੈਂਟ ਇਸ ਦੀ ਐਡ ਕਰ ਰਹੇ ਨੇ ਬਹੁਤ ਜ਼ਿਆਦਾ ਜਿਵੇਂ ਉਹਨਾਂ ਨੇ ਇੱਕ ਲਿਮਿਟੇਸ਼ਨ ਜਿਹੜੀਆਂ ਅਪਲੀਕੇਸ਼ਨਸ ਲੈਣੀਆਂ ਪਰ ਜੇ ਬਹੁਤ ਜ਼ਿਆਦਾ ਲੋ ਲੋਕਾਂ ਨੂੰ ਕਿਸ ਤਰ੍ਹਾਂ ਦੇ ਨਾਲ ਉਹ ਚੁਣਨਗੇ ਵੀ ਇਹਨਾਂ ਦੇ ਵਿੱਚੋਂ ਵੀਜ਼ਾ ਮਿਲ ਸਕਦਾ ਹੈ ਪਲਵਿੰਦਰ ਜੀ ਇਹਦੇ ਚ ਲਿਮੀ ਇੱਕ ਲਿਮਟ ਦੇ ਵਿੱਚ ਐਪਲੀਕੇਸ਼ਨਸ ਉਹਨਾਂ ਨੇ ਚੱਕਣੀਆਂ ਨੇ ਹੁਣ ਤੁਸੀਂ ਲਗਾਓ ਕਿ ਮੈਂ ਜਿਹੜੀ ਰਜਿਸਟ੍ਰੇਸ਼ਨ ਦੀ ਵਾਰ-ਵਾਰ ਗੱਲ ਕਰ ਰਹੀ ਹਾਂ ਕਿ ਅਸੀਂ ਐਕਟਿਵ ਰਵਾਂਗੇ ਉਹਨਾਂ ਦੀ ਵੈਬਸਾਈਟ 4 ਵਜੇ ਓਪਨ ਹੋਣ ਵਾਲੀ ਆ ਤੇ ਅਸੀਂ 5 ਵਜੇ ਤੱਕ ਆਪਣੀਆਂ ਸਾਰੀਆਂ ਜਿੰਨੀਆਂ ਵੀ ਸਾਡੇ ਕੋਲ ਪ੍ਰੋਫਾਈਲਸ ਆਏ ਨੇ ਜੇ ਅਸੀਂ ਸਬਮਿਟ ਕਰ ਦਾਂਗੇ ਤਾਂ ਹੋ ਸਕਦਾ ਜਿਹੜੇ ਫਰਸਟ ਪ੍ਰਾਇੋਰਟੀ ਤੇ ਉਹਨਾਂ ਨੇ ਪ੍ਰੋਫਾਈਲ ਚੁਣਨੇ ਸੀਗੇ ਤੇ ਉਹ ਚੁਣ ਲੈਣਗੇ ਜੋ ਉਹਨਾਂ ਦਾ ਮੋਟਿਵ ਆ ਉਸ ਤੋਂ ਬਾਅਦ ਜਿਹੜੇ 24 ਘੰਟੇ ਰਹਿ ਗਏ 4 ਘੰਟੇ ਜੇ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਚੈਕਲਿਸਟ ਕੰਪਲੀਟ ਹੁੰਦੀ ਆ ਤੋ ਬਾਅਦ ਦੇ ਵੀਕੈਂਟੇ ਵਾਲੇ ਮੇਬੀ ਪ੍ਰੋਫਾਈਲ ਨਾ ਦੇਖਣ ਇਸ ਕਰਕੇ ਟਰਾਈ ਕਰੋ ਕਿ ਤੁਸੀਂ ਪ੍ਰਾਇੋਰਟੀ ਤੇ ਅਪਲਾਈ ਕਰੋ ਸਭ ਤੋਂ ਪਹਿਲਾਂ ਅਪਲਾਈ ਕਰੋ ਡਿਲੇ ਨਾ ਕਰੋ ਤੁਹਾਡਾ ਕੰਸਲਟੈਂਟ ਵੀ ਇੰਨਾ ਕਿ ਐਕਟਿਵ ਹੋਵੇ ਕਿ ਉਹਨੂੰ ਪਤਾ ਹੋਵੇ ਕਿ ਵੈਬਸਾਈਟ ਦੇ ਉੱਤੇ ਉਹਦੇ ਬੰਦੇ ਉਹਦੀ ਟੀਮ ਬੈਠੀ ਹੋਵੇ ਕਿ ਅੱਜ 4 ਵਜੇ ਓਪਨ ਹੋਣ ਵਾਲੀ ਆ ਤੇ ਤੁਹਾਡੀਆਂ 5 ਵਜੇ ਤੱਕ ਜਿੰਨੀਆਂ ਵੀ ਐਪਲੀਕੇਸ਼ਨ ਆ ਕੰਸਲਟੈਂਟ ਕੋਲ 7 ਵਜੇ ਤੱਕ 8 ਵਜੇ ਤੱਕ ਉਹ ਜਿਹੜੀਆਂ ਪੁਟ ਔਨ ਕਰਦੇ ਇਸ ਕਰਕੇ ਇਹਦੇ ਵਿੱਚ ਤੁਸੀਂ ਧਿਆਨ ਦੇਣਾ ਕਿ ਤੁਹਾਡਾ ਕੰਸਲਟੈਂਟ ਜਿਹੜਾ ਐਕਸਪੀਰੀਐਂਸਡ ਹੋਣਾ ਚਾਹੀਦਾ ਕਿਉਂਕਿ ਮੇਰੇ ਕੋਲ ਸਾਬ दैन मैं दिया पुट ऑन करूंगी पहला मैं अपने कैंडिडेट्स पुट ऑन करूंगी जो मेरे को रजिस्ट्रेशन करवा के चले गए इस करके ए बड़ी चीज ध्यान देने योग है ਕਿ ਤੁਸੀਂ ਜਿੰਨੀਆਂ ਜਿੰਨੀਆਂ ਵੀ ਆਪਣੀਆਂ ਐਪਲੀਕੇਸ਼ਨ ਸਪਲਾਈ ਕਰਨੀਆਂ ਉਹ ਟਾਈਮਲੀ ਅਪਲਾਈ ਕਰੋ ਆਪਣਾ ਧਿਆਨ ਨਾ ਕੰਸਲਟਰ ਚ ਨੋ ਔਰ ਦੇਖੋ ਨੇ ਆਸਟ੍ਰੇਲੀਆ ਚ ਕਿੰਨਾ ਕੋ ਨੂੰ ਐਕਸਪੀਰੀਅੰਸ ਹੈ ਫੋਰ ਜਿਹੜਾ 62 ਵੀਜ਼ਾ ਹੈ ਵਰਕਿੰਗ ਹੌਲੀਡੇ ਵੀਜ਼ਾ ਹੈ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਐਲੀਜੀਬਿਲਟੀ ਨਹੀਂ ਹੈ ਇਸ ਕਰਕੇ ਉਹਨਾਂ ਕੋਲ ਜੇ 48 ਘੰਟਿਆਂ ਦੇ ਵਿੱਚ ਪ੍ਰੋਫਾਈਲ ਜਾਂਦੇ ਨੇ ਉਹਨਾਂ ਦੀ ਟੀਮ ਬੈਠੀ ਹੈ ਉਹ 4 ਘੰਟਿਆਂ ਚ ਪ੍ਰੋਫਾਈਲ ਉਹਨਾਂ ਦੇ ਕੰਪਲੀਟ ਹੋ ਜਾਂਦੇ ਨੇ ਤੇ ਉਹਨਾਂ ਨੇ ਪਹਿਲਾਂ 4 ਘੰਟਿਆਂ ਵਾਲੇ ਪ੍ਰੋਫਾਈਲ ਚੱਕਣਗੇ ਇਹ ਮੇਰਾ ਪੁਆਇੰਟ ਪੁਆਇੰਟ ਆਫ View ਹੈ ਇਹ ਮੇਰੀ ਐਨਾਲਾਈਜ਼ਮੈਂਟ ਹੋ ਸਕਦਾ ਕੋਈ ਚੀਜ਼ ਇੱਧਰ ਤੋਂ ਉੱਧਰ ਹੋਵੇ ਪਰ ਮੇਰੇ ਅਕੋਰਡਿੰਗਲੀ ਮੈਂ ਮੇਰੀ ਇਹੀ ਪ੍ਰਾਇੋਰਟੀ ਰਹੂਗੀ ਕਿ ਜਿਹੜੀ ਪ੍ਰੋਫਾਈਲ ਹੈ ਜਿਹੜੀਆਂ ਸਭ ਤੋਂ ਪਹਿਲਾਂ ਜਾਣਗੀਆਂ ਉਹ ਬਹੁਤ ਜ਼ਿਆਦਾ ਚਾਂਸਿਸ ਹੈ ਕਿ ਉਹ ਪ੍ਰੋਫਾਈਲ ਜਿਹਨੀਆਂ ਚੁਣੀਆਂ ਜਾਣਗੀਆਂ